मैं ਤੁਹਾਡਾ ਪਾਰਕੋਟਰ ਲਪਰੀ ਸਿੰਘ ਖੁਸ਼ੀਪੁਰ ਤੁਸੀਂ ਦੇਖ ਰਹੇ ਹੋ ਪੰਜਾਬੀ ਚੈਨਲ ਅੱਜ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕੌਨੌਰ ਵਿੱਚ ਪਹੁੰਚੇ ਹਾਂ ਜਿੱਥੇ ਕਿ ਮੁਗਲ ਸਮਰਾਟ ਦੇ ਅਕਬਰ ਦੀ ਤਾਜਪੋਸ਼ੀ ਵਾਲੀ ਜਗ੍ਹਾ ਤੇ 1556 ਈਸਵੀ ਵਿੱਚ ਤਾਜਪੋਸ਼ੀ ਹੋਈ ਸੀ ਅਕਬਰ ਦਾ ਜਨਮ ਅਮਰਕੋਟ ਦੇ ਕਿਸੇ ਪਿੰਡ ਵਿੱਚ ਹੋਇਆ ਸੀ ਜੋ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ये अकबर बादशाह की ताजपोशी के नाल जाने जाता है तो दी बैरम खां जरनैल ने ताजपोशी करवाई महाइयों की मौत तो दिल्ली खबर सुनी तो इधर अकबर बादशाह 13 साल उम्र का बच्चा नाल आया सी इतने फिर उन्हें जंगलों च घिरे इलाके ताजपोशी करवा दी करवा के तो ऐलान करता भी बादशाह बनाया गया ये ताजपोशी के ना ही ਜਾਣਿਆ ਜਾਂਦਾ ਕਲਾਂ ਦੌਰ ਵਸਿਆ ਅਕਬਰ ਬਾਦਸ਼ਾਹ ਦੇ ਰਾਜ ਤੋਂ ਬਾਅਦ ਸਾਰਾ ਹਾਂਜੀ ਅਤੇ ਦੇਵ ਜੰਗਲਾਂ ਦੇ ਘਿਰੇ ਇਲਾਕੇ ਤਾਜਪੋਸ਼ੀ ਹਾਂਜੀ ਯਾਨੀ ਕਿ ਇਹ ਸਾਰਾ ਜਿਹੜਾ ਇਲਾਕਾ ਕਲਾਂ ਦੌਰ ਦਾ ਇਹ ਜੰਗਲਾਂ 'ਚ ਆਉਂਦਾ ਇਹ ਜੰਗਲਾਂ 'ਚ ਘਿਰਿਆ ਸੀ ਠੀਕ ਅਤੇ ਮੇਰੇ ਖਿਆਲ ਬੰਦ ਵੀ ਹੋ ਜਾਂਦਾ ਸੀ ਇਹ ਹਾਂ ਬਿਹਤਰ ਇਹ ਜਿਹੜੇ 12 ਦਰਵਾਜ਼ੇ ਦੇ ਬਣੇ ਹਾਂਜੀ ਨਹੀਂ ਉਹ ਜਿਹੜੇ 12 ਦਰਵਾਜ਼ੇ ਅਕਬਰ ਨੇ ਲਾਏ ਕਿ ਕਿੱਦਾਂ ਪਹਿਲਾਂ ਲੱਗੇ ਅਕਬਰ ਬਾਦਸ਼ਾਹ ਦੇ ਵੇਲੇ ਦੇ ਹਾਂਜੀ ਅਤੇ ਹੋਰ ਵੀ ਬੜੀਆਂ ਇਮਾਰਤਾਂ ਇੱਥੇ ਬਣੀਆਂ ਹਨ ਹਾਂਜੀ ਇੱਥੇ ਇਤਿਹਾਸ ਹੀ ਹੋਈ ਇਹਦਾ ਕਹਿ ਰਿਹਾ ਵੀ ਅੰਗਰੇਜ਼ ਸਰਕਾਰ ਨੇ ਹਾਂਜੀ ਇਹਦੇ ਲੈ ਗਈ ਇਹ ਮਤਲਬ ਮਲਬਾ ਚੁੱਕ ਕੇ ਹਾਂਜੀ ਪਠਾਨਕੋਟ ਤੋਂ ਰੇਲਵੇ ਲੈਣ 'ਤੇ ਵਰਤਿਆ ਗਿਆ ਇੱਥੋਂ ਦਾ ਸਾਰਾ ਕਲਾਂ ਦੌਰ ਦਾ ਮਲਬਾ ਕਿੰਨਾ ਕੁ ਮਲਬਾ ਹੋਏ ਦਾ ਕੋਈ ਇੱਕ ਅੱਧੀ ਟਰਾਲੀ ਥੋੜ੍ਹੀ ਸੀ ਹਾਂਜੀ ਕੋਈ ਥੇ ਹਨ ਪਹਾੜ ਹੀ ਬਣੇ ਹੁਣ ਇਹਦੇ ਕਿੱਲੇ ਵੱਡੇ ਹਨ ਜਿਹੜੇ ਗਰਕ ਹੋ ਗਏ ਹਾਂਜੀ ਅਤੇ ਬਹੁਤ ਜੇ ਖੁਸ਼ੀ ਵੀ ਇੱਥੇ ਸ਼ਹਿਰ ਦਾ ਇਹੋ ਤਾਜਪੋਸ਼ੀ ਦਾ ਸਥਾਨ ਚੱਲਦਾ ਰਿਹਾ ਯਾਦਗਾਰ ਬਣੇ ਅਤੇ ਇਹ ਗੱਲਾਂ ਜ਼ਿਕਰ ਦੇ ਵਿੱਚ ਵੀ ਆਉਂਦਾ ਵੀ ਜਿਹਨੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਂ ਦੌਰ ਇਹ ਕਲਾਂ ਦੌਰ ਕਦੇ ਵੇਖਣ 'ਚ ਹੁੰਦਾ ਸੀ ਹੁਣ ਕੀ ਵੇਖਣਾ ਕਿਸੇ ਨੇ ਹੁਣ ਸਾਡੀਆਂ ਸਰਕਾਰਾਂ 'ਤੇ ਕਲਾਂ ਦੌਰ ਦਾ ਥੇ ਵੇਖਣੇ ਇਹਦੇ ਪਹਿਲਾਂ ਇਹੋ ਹੀ ਸੁਣਦੇ ਹੁੰਦੇ ਆ ਵੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਕਲਾਂ ਦੌਰ ਇਹ ਪੁਰਾਣੀ ਨਿਸ਼ਾਨੀ ਹੈ ਇੱਥੇ ਕੋਈ ਡਿਵੈਲਪਮੈਂਟ ਸਰਕਾਰਾਂ ਦਾ ਕੋਈ ਮਤਲਬ ਕਲਾਂ ਦੌਰ 'ਚ ਤਾਂ ਇੰਨੀਆਂ ਸਰਕਾਰਾਂ ਆਈਆਂ ਨੇ ਕੋਈ ਨਹੀਂ ਇਹਦੀ ਕੋਈ ਤਰੱਕੀ ਹੋਈ ਨਹੀਂ ਕੁਛ ਹੋਇਆ ਹਾਂਜੀ ਬਹੁਤ ਜ਼ਿਆਦਾ ਮਾੜਾ ਹਾਲ ਹੈ ਸ਼ਹਿਰ ਦੀ ਹੁਣ ਆਹ ਨਵੀਂ ਸਰਕਾਰ ਆਈ ਹੈ ਵੇਖੋ ਕੀ ਕਰਦੀ ਹੈ ਇੰਨੀ ਗੰਦਗੀ ਸ਼ਹਿਰ ਦੇ ਦੁਆਏ ਫੈਲ ਰਹੀ ਹੈ ਕੁਛ ਨਹੀਂ ਕੋਈ ਇਹਦਾ ਕੋਈ ਮਾਲਕ ਨਹੀਂ ਅੱਗੇ ਸਰਕਾਰਾਂ ਆਉਂਦੀਆਂ 5 ਸਾਲ ਕਰਕੇ ਗਾਂਹ ਜਾਂਦੀਆਂ ਨੇ ਜਿੰਨਾ ਪੈਸਾ ਕਲਾਂ ਦੌਰ ਦਾ ਕਲਾਂ ਦੌਰ 'ਤੇ ਲਾਇਆ ਜਾਏ ਤਾਂ ਕਲਾਂ ਦੌਰ ਫਿਰ ਲਾਹੌਰ ਵਰਗਾ ਬਣ ਸਕਦਾ ਠੀਕ ਮੇਰੇ ਖਿਆਲ ਪੰਜਾਤੀ ਜ਼ਮੀਨ ਵੀ ਉੱਥੇ ਬਹੁਤ ਜ਼ਿਆਦਾ ਜਾਤੀ ਜ਼ਮੀਨ ਹੈ ਅਤੇ ਪੰਜਾਬ 'ਚ ਨੰਬਰ 1 ਤੇ ਮੇਰੇ ਖਿਆਲ ਇੱਥੇ ਕਲਾਂ ਦੌਰ ਹੈ ਜਾਤੀ ਜ਼ਮੀਨ ਜਿਹੜੀ ਪੰਜਾਬ 'ਚ ਨੰਬਰ 1 'ਤੇ ਹੈ ਅਤੇ ਸਭ ਖਾਣ ਵਾਲੇ ਹੁੰਦੇ ਰਹੇ ਨੇ ਕਲਾਂ ਦੌਰ ਬਾਰੇ ਕਿਸੇ ਨਹੀਂ ਸੋਚਿਆ ਨਾ ਅਤੇ ਜੇਕਰ ਕਲਾਂ ਦੌਰ ਦਾ ਪੈਸਾ ਕਲਾਂ ਦੌਰ 'ਤੇ ਲੱਗ ਜਾਏ ਨਾ ਅਤੇ ਇਹ ਫਿਰ ਲਾਹੌਰ ਵਰਗਾ ਬਣ ਸਕਦਾ ਹੈ ਜਿਹੜਾ ਆਉਂਦੇ ਹੁੰਦੇ ਹਨ ਵੇਖਿਆ ਜਿਹਨੇ ਵੇਖਿਆ ਨਹੀਂ ਲਾਹੌਰ ਵੇਖੇ ਕਲਾਂ ਦੌਰ ਅਤੇ ਅੱਜ ਕਲਾਂ ਦੌਰ ਤਾਂ ਕੀ ਵੇਖਣਾ ਕਿਸੇ ਕੋਈ ਚੀਜ਼ ਵੇਖਣਾ ਹੀ ਨਹੀਂ ਠੀਕ ਹੈ ਧੰਨਵਾਦ।